ਸਲਾਮ ਵਾਲੇਕੁਮ ਜੀ ਮੈਂ ਕੁਈਨ ਅਲਿਜ਼ਬੈਥ ਬੋਲਦੀ ਪਈ ਆ ਇੰਗਲੈਂਡ ਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜਿਸ ਦਿਨ ਦੀ ਇਹ ਕੁੜੀ ਆਈ ਏ ਵਿਆਹ ਕੇ ਸਾਡੇ ਘਰੋਂ ਅਮਰੀਕਾ ਸੇ ਮੈਗਨ ਮਾਰਕਲ ਇਹਨੇ ਸਾਡੇ ਘਰ ਪਿੱਛੇ ਆਪਾ ਪਾਇਆ ਹੋਇਆ ਇਹ ਜਿਹੜਾ ਮੁੰਡਾ ਹੈਰੀ ਏ ਜਿਸ ਦਿਨਾਂ ਜੰਮਿਆ ਸੀ ਮੈਂ ਉਸੇ ਦਿਨ ਡਿਆਨਾ ਨੂੰ ਕਿਹਾ ਸੀ ਵੀ ਤੇਰਾ ਇਹ ਮੁੰਡਾ ਮੈਨੂੰ ਕੋਈ ਕਾਇਦੇ ਦਾ ਨਹੀਂ ਲੱਗਦਾ ਪਿਆ ਬਹਾਲ ਕੁੜੀ ਸਾਡੀ ਜਿਸ ਦਿਨ ਦੀ ਨੂੰ ਆਈ ਏ ਮੁੰਡਾ ਸਾਡਾ ਲਾਈ ਲੱਗੇ ਉਹਨੇ ਲਾ ਲਿਆ ਆਪਣੇ ਨਾਲ ਖੂਨ ਤੁਸੀਂ ਵੇਖੋ ਇੰਨੇ ਪੈਸੇ ਇੰਨੀਆਂ ਤਨਹਾਵਾਂ ਐਨੇ ਮਰਾਤ ਔਰ ਸਾਡਾ ਦੇਸ਼ ਛੱਡ ਕੇ ਉਹ ਇਸ ਕੁੜੀ ਦੇ ਪਿੱਛੇ ਕੈਨੇਡਾ ਜਾਣ ਨੂੰ ਤਿਆਰ ਏ ਕਹਿੰਦਾ ਭਾਵੇਂ ਮੈਂ ਉੱਥੇ ਮੈਕਡੋਨਲਡਸ ਦੇ 버ਗਰ ਲਾ ਲਵਾਂ ਤੇ ਭਾਵੇਂ ਮੈਂ ਉੱਥੇ ਪੀਜ਼ੇ ਲਾ ਲਵਾਂ ਪਰ ਮੈਂ ਇੱਥੇ ਦੀ ਬਾਦਸ਼ਾਹਤ ਮੈਨੂੰ ਕਬੂਲ ਨਹੀਂ ਏ ਬਈ ਬੇਨਸਲੀਆਂ ਔਰਤਾਂ ਦੇ ਨਾਲ ਤੁਸੀਂ ਮੁੰਡੇ ਵਿਆਹ ਕਰੋਗੇ ਤੇ ਇਹੋ ਹੀ ਹਾਲ ਹੋਏਗਾ ਨਾ ਹੁਣ ਜਿਹੜਾ ਹੋ ਰਿਹਾ ਚਲੋ ਮੈਂ ਕਹਨੀ ਆ ਦਿਆਨਾ ਵੀ ਕੋਈ ਏਡੀ ਨਹੀਂ ਸੀ ਪਰ ਇਹਦੇ ਨਾਲੋਂ ਤੇ ਚੰਗੀ ਸੀ ਮੈਂ ਕਹਿੰਨੀ ਆ ਉਹ ਸਾਡੀਆਂ ਨੋਹਾਂ ਚੋਂ ਫੇਰ ਵੀ ਚੰਗੀ ਸੀ ਬਈ ਭਰਾ ਨੂੰ ਭਰਾ ਦੇ ਨਾਲ ਜਦਾ ਕਰ ਦਿੱਤਾ ਨਾ ਹੈਰੀ ਤੇ ਨਾ ਦੁਆ ਸਾਡਾ ਮੋੜਾ ਜਿਹੜਾ ਵਿਲੀਅਮ ਇੱਕ ਦੂਜੇ ਦਾ ਮੂੰਹ ਵੇਖਦੇ ਨੇ ਨਾ ਇੱਕ ਦੂਜੇ ਨਾਲ ਬਹਿ ਕੇ ਸਲੂਕ ਨਾਲ ਗੱਲ ਕਰਦੇ ਨੇ ਦਰਾਣੀਆਂ ਜਠਾਨੀਆਂ ਨੇ ਅਲਹਿਦਾ ਕੁੱਤਖਾਨਾ ਪਾਇਆ ਹੋਇਆ ਹੈ ਕੇਟ ਇਹਦੇ ਨਾਲ ਗੱਲ ਨਹੀਂ ਕਰਦੀ ਇਹ ਕੇਟ ਦੇ ਨਾਲ ਗੱਲ ਨਹੀਂ ਕਰਦੀ ਜਿਸ ਦਿਨ ਦੀ ਇਹ ਕੁੜੀ ਸਾਡੇ ਘਰ ਵਿਆਹ ਕੇ ਆਈ ਏ ਬੇਨਸਲੀ ਇੰਨੇ ਸਾਡੇ ਘਰ ਵਿੱਚ ਫਸਾਦ ਪਾਇਆ ਹੋਇਆ ਔਰ ਕਹਿੰਦੀ ਏ ਜੀ ਮੈਨੂੰ ਕੈਨੇਡਾ ਲੈ ਕੇ ਜਾਓ ਮੈਂ ਉੱਥੇ ਆਪਣੀਆਂ ਐਕਟਿੰਗ ਐਕਟਿੰਗਾਂ ਕਰਾਂ ਸ਼ਕੀਨੀਆਂ ਕਰਾਂ ਤੇ ਤੁਹਾਡੀ ਬਾਦਸ਼ਾਹਤ ਪਏ ਬਾਦਸ਼ਾਹਤ ਪਏ ਚੁੱਲੇ 'ਚ ਏ ਸਾਡਾ ਇਹਨੇ ਹਾਲ ਕਰ ਦਿੱਤਾ ਹੈ ਮੈਗਜ਼ਿਟ 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 ਸਾਰਿਆਂ ਖਬਰਾਂ ਨੇ ਸਾਡਾ ਨਸ਼ਰ ਕਰ ਦਿੱਤਾ ਹੈ ਸਾਡੇ ਖਾਨਦਾਨ ਦੀ ਬੇਇੱਜ਼ਤੀ ਇਹਨੇ ਐਡੀ ਕਰ ਸਕੀ ਹੈ ਯਕੀਨ ਕਰੋ ਮੈਂ ਆਪਣੇ ਹਮਸਾਇਆ ਨੂੰ ਮੂੰਹ ਦਹਾਨ ਜੋਗੀ ਨਹੀਂ ਤੇ ਰਹਿ ਗਏ ਤੁਹਾਨੂੰ ਕੀ ਪਤਾ ਮੇਰੇ ਸਾਡੇ ਘਰ ਦੇ ਹਾਲਾਤ ਇਹਨੇ ਕੀ ਕਰ ਦਿੱਤੇ ਇਹਨਾਂ ਤੇ ਦਿਆਨਾ ਦੇ ਰੋਣ ਤੇ ਪਿੱਟ ਸਿਆਪਾ ਨਹੀਂ ਸੀ ਪਿਆ ਜਿੰਨਾ ਇਹਨਾਂ ਇਸ ਕੁੜੀ ਨੇ ਇੱਥੇ ਪਾ ਦਿੱਤਾ ਮੁੰਡੇ ਸਾਡੇ ਨੂੰ ਅੱਗੇ ਲਾ ਕੇ ਇੰਨੀ ਲਾਈ ਲੱਗੋ ਸਾਡਾ ਮੁੰਡਾ ਲਾਲ ਵਾਲਾਂ ਵਾਲਾ ਸੂਏ ਲਾਲ ਵਾਲ ਸੂ ਬਾਂਦਰ ਜਿਹਾ ਹੈ ਦਿਮਾਗ ਇਹਦਾ ਕੰਮ ਕਰਦਾ ਕੋਈ ਨਹੀਂ ਮੈਂ ਹੁਣ ਕਿਤੇ ਅੱਗੇ ਰੋਣੇ ਰੋਵਾਂ ਬਸ ਅੱਜ ਤੁਹਾਨੂੰ ਇਹੋ ਹੀ ਰੋਣਾ ਸੁਣਾਉਣ ਲਈ ਮੈਂ ਜ਼ਰਾ ਇੱਕ ਵੀਡੀਓ ਆਡੀਓ ਜੋ ਵੀ ਹੁੰਦੀ ਹੈ ਪਰੀ ਸੀ ਚੰਗਾ ਅਸਲਾਮੁਅਲੈਕਮ